ਨਸ਼ੇਦ ਵਾਲੇ ਮਾਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਅਸਲਾਮ ਅਲੈਕੁਮ ਦੋਸਤੋ ਤੁਹਾਡਾ ਕੀ ਹਾਲ ਚਾਲ ਮੇਰੀ ਗੱਲ ਹੈ ਫਜ਼ਲ ਕਰਿਓ ਤੁਸੀਂ ਠੀਕ ਹੋ ਮੈਂ ਵੀ ਦੋਸਤੋ ਅੱਲਾਹ ਫਜ਼ਲ ਕਰਨਾ ਤੇ ਮੈਂ ਵੀ ਠੀਕ ਹਾਂ ਦੋਸਤੋ ਅੱਜ ਮੈਂ ਕਿਸਾ ਲੱਗ ਰਿਹਾ ਅਲੀ ਭਾਈ ਟਿਕਟੋਕ ਵਾਲਾ ਅਲੀ ਭਾਈ ਉਹਦਾ ਸਟਾਈਲ ਮਾਰੇ ਅੱਜ ਅਲੀ ਭਾਈ ਦਾ ਮੈਨੂੰ ਚਿਕਨ ਟੁਰਦਾ ਉਹਦਾ ਸਟਾਈਲ ਆਉਂਦਾ ਮੈਨੂੰ ਟੁਰਦਾ ਇੱਕ ਲੜ ਗਏ ਦੋਸਤੋ ਅੱਜ ਮੈਂ ਆਪਣੇ ਮਾਮੂ ਦੇ ਘਰ ਅਮਰੂਦ ਖਾਣ ਲੱਗਾ ਉੱਥੇ ਬੜੇ ਮਜ਼ੇ ਦੇ ਅਮਰੂਦ ਲੱਗੇ ਨੇ ਮਿੱਠੇ ਮਿੱਠੇ ਹੁਣ ਉੱਥੇ ਅਮਰੂਦ ਜਾ ਕੇ ਖਾਣੇ ਨੇ ਦੋਸਤੋ ਅਮਰੂਦ ਨਾਲ ਬਹੁਤ ਫਾਇਦੇਮੰਦ ਹੁੰਦੇ ਨੇ ਦੋਸਤੋ ਆਹ ਸ਼ੂਗਰ ਦੇ ਮਰੀਜ਼ਾਂ ਵਾਸਤੇ ਵੀ ਅਮਰੂਦ ਸਹੀ ਹੈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਵਾਸਤੇ ਬਹੁਤ ਜ਼ਿਆਦਾ ਸਹੀ ਹੈ ਆਹ ਕਬਜ਼ ਖੁਸ਼ਹਾਲ ਹੈ ਦੋਸਤੋ ਅਮਰੂਦ ਹਰ ਮੌਸਮ ਦਾ ਫਲ ਹੈ ਦੋਸਤੋ ਹਰ ਇੱਕ ਘਰ ਵਿੱਚ ਇਹ ਪੌਦਾ ਲੱਗਿਆ ਹੋਇਆ ਅਮਰੂਦ ਦਾ ਇਹ ਆਮ ਪੌਦਾ ਹੈ ਹਰ ਇੱਕ ਮਿੱਟੀ ਵਿੱਚ ਲੱਗ ਜਾਂਦਾ ਚਿਕਨੀ ਹੋਵੇ ਭਾਵੇਂ ਰੇਤ ਨਹੀਂ ਹੋਵੇ ਹਰ ਮਿੱਟੀ ਵਿੱਚ ਲੱਗ ਜਾਏਗਾ ਦੋਸਤੋ ਆਓ ਚਲੀਏ ਦੋਸਤੋ ਮੇਰਾ ਕੱਦ ਛੋਟਾ ਮੈਂ ਕੁਰਸੀ ਰੱਖ ਕੇ ਲਾ ਹੁੰਦਾ ਐਂ ਨੇੜੇ ਐਂ ਮੈਂ ਲਾ ਲੈਂਦਾ ਪੱਕੇ ਆ ਅਮਰੂਦ ਦੋਸਤੋ ਇੱਕ ਇੱਥੇ ਲੱਗਿਆ ਦੋਸਤੋ ਇੱਕ ਐ ਅਮਰੂਦ ਪੱਕੇ ਆ ਦੋਸਤੋ ਅਮਰੂਦ ਨੇ ਦੱਸਿਆ ਕਿੰਨੇ ਹੋਏ ਨੇ ਤਿੰਨ ਛੇ ਇਕੱਠੇ ਹੋ ਗਏ ਨੇ ਢੂੰਡਣਾ ਲੱਭ ਗਿਆ ਦੋਸਤੋ ਕਿਹੜੇ ਵੀ ਮੈਂ ਇੱਕ ਹੈ ਦੋਸਤੋ ਟੋਕਰੀ ਦੇ ਫੁੱਲ ਹੋ ਗਏ ਦੋਸਤੋ ਮਾਸ਼ਾਅੱਲਾ ਆਹ ਦੇਖੋ ਅਮਰੂਦਾਂ ਦਾ ਕਿਤਨਾ ਪੌਦਾ ਅਮਰੂਦਾਂ ਨਾਲ ਭਰੇ ਹੈ ਦੋਸਤੋ ਕਿਤਨਾ ਪਿਆਰਾ ਪੌਦਾ ਮਾਸ਼ਾਅੱਲਾ ਅੱਲਾਹ ਤਾਲਾ ਨੇ ਹਰ ਇੱਕ ਚੀਜ਼ ਕਿਤਨੀ ਪਿਆਰੀ ਬਣਾਈ ਦੋਸਤੋ ਹਰ ਹੀ ਫਰੈਸ਼ ਅਤੇ ਘਰ ਦਾ ਤਾਜ਼ਾ ਅਮਰੂਦ ਨੇ ਬਹੁਤ ਮਜ਼ੇ ਦੇ ਦੋਸਤੋ ਇਹ ਅਮਰੂਦ ਲੱਗਿਆ ਦੋਸਤੋ ਮੈਨੂੰ ਇੱਕ ਹੋਰ ਪੱਕਾ ਲੱਗ ਗਿਆ ਅਮਰੂਦ ਮੇਰਾ ਘਰ ਤਾਂ ਨਹੀਂ ਉੱਪਰਦਾ ਮੈਂ ਕੁਰਸੀ ਰੱਖ ਕੇ ਲਾ ਲਿਆ ਇਹ ਲਾ ਲਿਆ ਦੋਸਤੋ ਹੁਣ ਦੋਸਤੋ ਇੱਕ ਹੋਰ ਢੂੰਡਣਾ ਇੱਥੇ ਦੋਸਤੋ ਇੱਕ ਇਹ ਲੱਗ ਗਿਆ ਦੋਸਤੋ ਇਹ ਮੇਰੇ ਮਾਮੂ ਨੇ ਬੱਕਰੀ ਰੱਖੀ ਹੈ ਇਹ ਸੋਹਣੇ ਵਾਲੀ ਦੋਸਤੋ ਹੁਣ ਅਸੀਂ ਨਾ ਤਵਾਂ ਦੇ ਕੱਟਾਂ ਦੇ ਲੂਣ ਲਾ ਕੇ ਕਾਲੀ ਮਿਰਚ ਲਾ ਕੇ ਖਾਵਾਂਗੇ ਦੋਸਤੋ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਹੋਈ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਬੈਲ ਆਈਕਨ ਦੇ ਬਟਨ ਕਲਿੱਕ ਕਰੋ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਕੋਈ ਸਬਸਕ੍ਰਾਈਬ ਕਰਦੇ ਪਲੀਜ਼ ਕਰਿਓ ਮੈਂ ਛੋਟਾ ਬੱਚਾ ਮੈਂ ਤੁਹਾਨੂੰ ਐਕਸੈਪਟ ਕਰਨਾ ਪਿਆ ਅਤੇ ਖੁਦਾ ਹਾਫਿਜ਼